ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਤਰਨਤਾਰਨ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਗਹਿਗਾ ਮੁਕਾਬਲਾ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਖਬਰ ਵੱਡੀ ਤਰਨਤਾਰਨ ਤੋਂ ਆ ਰਹੀ ਹੈ ਦਿਨੋਂ ਦਿਨ ਪੰਜਾਬ ਦੇ ਵਿੱਚ ਜਿਹੜੇ ਮੁਕਾਬਲੇ ਹੈਗੇ ਆ ਹਰ ਰੋਜ਼ ਹੁਣ ਪੁਲਿਸ ਦੇ ਸਾਹਮਣੇ ਆ ਰਹੇ ਆ ਤਰਨਤਾਰਨ ਚੋਂ ਇਸ ਟਾਈਮ ਗੈਂਗਸਟਰਾਂ ਦਾ ਮੁਕਾਬਲਾ ਜਿਹੜਾ ਹੈਗਾ ਪੁਲਿਸ ਦੇ ਨਾਲ ਹੋਇਆ ਸੰਗੇ ਨਹਿਰ ਤੇ ਇਹ ਮੁਕਾਬਲਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਜਿੱਥੇ ਹੋਇਆ ਔਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਤਿੰਨ ਚਾਰ ਬੰਦੇ ਜਿਹੜੇ ਹੈਗੇ ਆ ਉਹ ਭੱਜ ਗਏ ਆ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋ ਸ਼ੂਟਰਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਜਿਹੜੇ ਸਾਥੀ ਸੀਗੇ ਤਿੰਨ ਤੋਂ ਚਾਰ ਦੀ ਗਿਣਤੀ ਜਿਹੜੀ ਆ ਦੱਸੀ ਜਾ ਰਹੀ ਹੈ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕੇ ਐ ਚਰਨਜੀਤ ਸਿੰਘ ਰਾਜੂ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਨਾਵਾਂ ਦਾ ਖੁਲਾਸਾ ਜਿਹੜਾ ਹੈਗਾ ਕੀਤਾ ਹੈ ਚਰਨਜੀਤ ਸਿੰਘ ਰਾਜੂ son of ਹੀਰਾ ਸਿੰਘ ਇਹ ਸੰਘੇ ਦਾ ਹੀ ਰਹਿਣ ਵਾਲਾ ਹੈ ਰਾਜੂ ਸ਼ੂਟਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਤੇ ਹੋਰ ਵੀ ਪਰਚੇ ਜਿਹੜੇ ਹੈਗੇ ਆ ਉਹ ਦਰਜ ਹੈ ਦੂਜੇ ਨੰਬਰ ਤੇ ਗੁਰਦੇਵ ਸਿੰਘ ਤੱਤਾ ਕੜਿਆਲਾ ਇਹਨਾਂ ਨੂੰ ਦੋਵਾਂ ਨੂੰ ਗ੍ਰਿਫਤਾਰ ਜਿਹੜਾ ਹੈਗਾ ਕਰ ਲਿਆ ਗਿਆ ਔਰ ਇਸ ਦੇ ਉੱਪਰ ਵੀ ਜਿਹੜੇ ਵੱਖ-ਵੱਖ ਧਰਾਵਾਂ ਦੇ ਤਹਿਤ ਪਹਿਲਾਂ ਵੀ ਪਰਚੇ ਜਿਹੜੇ ਹੈਗੇ ਆ ਉਹ ਦਰਜ ਕੀਤੇ ਗਏ ਆ ਇਸ ਤੋਂ ਇਲਾਵਾ ਪੁਲਿਸ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਹੈਪੀ ਬਾਬਾ ਇਹ ਦੀਨ ਦੀਨਾਪੁਰ ਦਾ ਹੈਗਾ ਤੇ ਅਜੇ ਰਾਜਾ ਚੰਡੇਰਮਣੀ ਇਹਨਾਂ ਨੂੰ ਹਥਿਆਰਾਂ ਸਮੇਤ ਇਹ ਜਿਹੜੇ ਬੰਦੇ ਐ ਇਹ ਹਥਿਆਰਾਂ ਸਮੇਤ ਗੱਡੀ ਲੈ ਕੇ ਭੱਜ ਗਏ ਐ ਹੈਪੀ ਬਾਬਾ ਦੀਨਪੁਰ ਦਾ ਅਜੇ ਰਾਜਾ ਚੰਡੇਰ ਮਣੀ ਇਹ ਭੱਜਣ ਦੇ ਵਿੱਚ ਜਿਹੜੇ ਹੈਗੇ ਆ ਉਹ ਸਫਲ ਹੋਏ ਐ ਸੰਘੇ ਨਹਿਰ ਤੇ ਪੁਲਸ ਪਾਰਟੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਸ਼ੂਟਰਾਂ ਦਾ ਮੁਕਾਬਲਾ ਜਿਹੜਾ ਹੋਇਆ ਗਹਿ ਗੱਚ ਮੁਕਾਬਲਾ ਜਿਹੜਾ ਦੱਸਿਆ ਜਾ ਰਿਹਾ ਔਰ ਪੁਲਸ ਨੇ ਦੱਸਿਆ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਪੁਲਸ ਮੁਲਾਜ਼ਮ ਜਿਹੜਾ ਹੈਗਾ ਉਹ ਜ਼ਖਮੀ ਨਹੀਂ ਹੋਇਆ ਦੋ ਬੰਦਿਆਂ ਨੂੰ ਫੜ ਲਿਆ ਗਿਆ ਹੈ ਬਾਕੀ ਤਿੰਨ ਤੋਂ ਚਾਰ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਨਿਕਲੇ ਆ ਦਿਨੋਂ-ਦਿਨ ਪੁਲਸ ਦੇ ਵਿੱਚ ਜਿਹੜੇ ਮੁਕਾਬਲੇ ਬਾਜੀ ਦੀਆਂ ਖਬਰਾਂ ਜੜੀਆਂ ਹੈਗੀਆਂ ਗੈਂਗਸਟਰਾਂ ਦੇ ਨਾਲ ਮੁਕਾਬਲੇ ਬਾਜੀ ਦੀਆਂ ਖਬਰਾਂ ਦਿਨੋਂ-ਦਿਨ ਜੜੀਆਂ ਸਾਹਮਣੇ ਆ ਰਹੀ ਹੈ ਕਦੇ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਪੰਜਾਬ ਪੁਲਿਸ ਦਾ ਮੁਕਾਬਲਾ ਹੁੰਦਾ ਹੈ ਕਦੇ ਕਿਸੇ ਹਿੱਸੇ ਦੇ ਵਿੱਚ ਮੁਕਾਬਲਾ ਹੁੰਦਾ ਪਰ ਹੁਣ ਅਚਾਨਕ ਜਿਹੜਾ ਹੈਗਾ ਤਰਨਤਾਰਨ ਦੀ ਸੰਘੇ ਨਹਿਰ ਤੇ ਇਹ ਪੁਲਿਸ ਦਾ ਮੁਕਾਬਲਾ ਜਿਹੜਾ ਹੈਗਾ ਇਹਨਾਂ ਸ਼ੂਟਰਾਂ ਦੇ ਨਾਲ ਹੋਇਆ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਸ਼ੂਟਰਾਂ ਦਾ ਨਾਮ ਲਿਆ ਕਿ ਇਹ ਦੋ ਸ਼ੂਟਰਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਦਾ ਨਾਵਾਂ ਦਾ ਵੇਰਵਾ ਜਿਹੜਾ ਹੈਗਾ ਚਰਨਜੀਤ ਸਿੰਘ ਰਾਜੂ son of ਹੀਰਾ ਸਿੰਘ ਇਹ ਸੰਗੇਦਾਈ ਰਹਿਣ ਵਾਲਾ ਹੈ ਤੇ ਰਾਜੂ ਸ਼ੂਟਰ ਦੇ ਨਾਂ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਇਦੋਂ ਇਲਾਵਾ ਇਹਦੇ ਤੇ ਪਹਿਲਾਂ ਵੀ ਬਹੁਤ ਸਾਰੇ ਮੁਕਦਮੇ ਜਿਹੜੇ ਹੈਗੇ ਆ ਉਹ ਦਰਜ ਕੀਤੇ ਗਏ ਆ ਤੇ ਇਸ ਦੇ ਨਾਲ ਹੀ ਗੁਰਦੇਵ ਸਿੰਘ ਤਤਕੜਿਆਲਾ ਉਹਦਾ ਨਾਮ ਵੀ ਸਾਹਮਣੇ ਆ ਰਿਹਾ ਉਸਤੇ ਵੀ ਪਹਿਲਾਂ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਗਏ ਐ ਤੇ ਜਿਹੜੇ ਇਹਨਾਂ ਦੇ ਸਾਥੀ ਭੱਜ ਗਏ ਐ ਔਰ ਜਿਹੜੇ ਫੜੇ ਗਏ ਆ ਉਹਨਾਂ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਐ ਤੇ ਪੁਲਿਸ ਨੇ ਮੀਡੀਆ ਦੇ ਨਾਲ ਅੱਗੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਉਹਦੇ ਵਿੱਚ ਹੈਪੀ ਬਾਬਾ ਆ ਦਿਨਪੁਰ ਦਾ ਤੇ ਅਜੇ ਰਾਜਾ ਚੰਡੇਰ ਮਣੀ ਇਹ ਆ ਜਿਹੜੇ ਦੋ ਸਾਥੀ ਤੇ ਦੋ ਚਾਰ ਹੋਰ ਜਿਹੜੇ ਦੱਸੇ ਜਾ ਰਹੇ ਐ ਇਹ ਆਪਣੇ ਵੈਪਨਾਂ ਸਮੇਤ ਜਿਹੜੇ ਇਹਨਾਂ ਦੇ ਕੋਲ ਇਹ ਹਥਿਆਰ ਸੀਗੇ ਉਹ ਲੈ ਕੇ ਤੇ ਇੱਕ ਗੱਡੀ ਦੇ ਵਿੱਚ ਜਿਹੜੇ ਹੈਗੇ ਆ ਫਰਾਰ ਹੋਏ ਆ ਪੁਲਸ ਉਹਨਾਂ ਨੂੰ ਨਹੀਂ ਫੜ ਸਕੀ ਤੇ ਕੋਈ ਵੀ ਪੁਲਸ ਮੁਲਾਜ਼ਮ ਜਿਹੜਾ ਹੈਗਾ ਜ਼ਖਮੀ ਨਹੀਂ ਹੋਇਆ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਜਿਹੜਾ ਹੈਗਾ ਉਹ ਨਹੀਂ ਹੋਇਆ ਇਹ ਪੁਲਸ ਦੇ ਅ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਹੁਣੇ-ਹੁਣੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਖਾਸ ਤੇ ਲਾਈਵ ਸਿੱਧੀਆਂ ਤਸਵੀਰਾਂ ਜਿਹੜੀਆਂ ਅਸੀਂ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਥਾਣਾ ਤੋਂ ਜਿੱਥੇ ਇਹ ਦੋ ਸ਼ੂਟਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਰਨਤਾਰਨ ਥਾਣਾ ਸਦਰ ਤੋਂ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਦਿਖਾ ਰਹੇ ਆ ਕਿ ਗੱਡੀ ਤੇ ਜਿਪਸੀ ਦੇ ਵਿੱਚ ਜਿਪਸੀ ਦੇ ਵਿੱਚ ਜਿਹੜੇ ਇਹ ਦੋ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਇਹਨਾਂ ਦਾ ਨਾਂ ਚਰਨਜੀਤ ਸਿੰਘ ਰਾਜੂ ਆ ਜਿਹਨੂੰ ਰਾਜੂ ਸ਼ੂਟਰ ਕਿਹਾ ਜਾਂਦਾ ਹੈ ਤੇ ਗੁਰਦੇਵ ਸਿੰਘ ਤੱਤਾ ਕੜਿਆਲਾ ਔਰ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਹੈਗਾ ਕਰ ਲਿਆ ਹਾਲਾਂਕਿ ਹਜੇ ਸ਼ਾਨੀਨ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆ ਜਿਹੜੇ ਇਹ ਵੈਪਨ ਇਹ ਚੱਕੀ ਫਿਰਦੇ ਸੀ ਆ ਕੀ ਇਹਨਾਂ ਦਾ ਮਕਸਦ ਸੀਗਾ ਕਿਹੜੀਆਂ ਘਟਨਾਵਾਂ ਨੂੰ ਇਹਨਾਂ ਨੇ ਇੰਜਾਮ ਦਿੱਤਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ-ਕਿੱਥੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇਸ ਕਰਕੇ ਜਿਹੜੇ ਇਹਨਾਂ ਦੇ ਕੋਲੇ ਜਿਹੜੇ ਵੈਪਨ ਹੈਗੇ ਆ ਉਹ ਵੀ ਹਿਰਾਸਤ ਦੇ ਵਿੱਚ ਜਬਤ ਕਰ ਲਏ ਗਏ ਆ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਜਿਹੜਾ ਹੈਗਾ ਉਹ ਕਰ ਲਿਆ ਗਿਆ ਫਿਲਹਾਲ ਜ਼ਿਆਦਾ ਜਾਣਕਾਰੀ ਹਜੇ ਤੱਕ ਜੋ ਪੁਲਸ ਨੇ ਨਹੀਂ ਸਾਂਝੀ ਕੀਤੀ ਉਹ ਕਹਿੰਦੇ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈਗਾ ਔਰ ਸਿਰਫ ਇਨਾ ਜਰੂਰ ਦੱਸਿਆ ਗਿਆ ਕਿ ਸੰਘੇ ਨਹਿਰ ਤੇ ਇਹ ਅੱਜ ਪੁਲਸ ਨੂੰ ਮੁਕਾਬਲਾ ਹੋਇਆ ਔਰ ਉਹਦੇ ਵਿੱਚ ਚਾਰ ਬੰਦੇ ਜਿਹੜੇ ਹੈਗੇ ਆ ਉਹ ਭੱਜ ਗਏ ਆ ਤੇ ਦੋਵਾਂ ਨੂੰ ਪੁਲਸ ਦੇ ਵੱਲੋਂ ਗ੍ਰਿਫਤਾਰ ਜਿਹੜਾ ਹੈਗਾ ਕਰ ਲਿਆ ਗਿਆ ਹੈ ਹੋਰ ਕੀ ਕੁਝ ਜਾਣਕਾਰੀ ਜਿਹੜੀ ਹੈਗੀ ਆ ਪੁਲਸ ਦੇ ਮੁਲਾਜ਼ਮਾਂ ਨੇ ਮੀਡੀਆ ਦੇ ਰਾਹੀਂ ਸਾਂਝੀ ਜੜੀ ਹੈਗੀ ਆ ਕਰ ਰਿਹਾ ਇੱਕ ਵਾਰ ਆ ਸਿੱਧੀ ਲਾਈਵ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸੁਣਾ ਦਿੰਨੇ ਆ ਇਹ ਜੀ ਸਵੇਰੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਕੋਈ ਬੰਦੇ ਜਿਹੜੇ ਆ ਅਸਲਾ ਇਨਫੋਰਮੇਸ਼ਨ ਲੈ ਕੇ ਕੋਈ ਨਾ ਕੋਈ ਵਾਰਦਾਰ ਨੂੰ ਅੰਜਾਮ ਦੇ ਸਕਦੇ ਜਿਹੜੀ ਇਨਫੋਰਮੇਸ਼ਨ ਤੇ ਸਾਡੇ ਐਸ ਕੇ ਬਲਰਾਜ ਸਿੰਘ ਫਲੀਪ ਪਾਰਟੀ ਉੱਥੇ ਮੌਕੇ ਤੇ ਪੁੱਜੀ ਅਸੀਂ ਪ੍ਰਦਰਸ਼ਨ ਕੀਤਾ ਉਹ ਜਦੋਂ ਉੱਥੇ ਪੀਸ ਪਾਰਟੀ ਪਹੁੰਚੀ ਇਹਨਾਂ ਨੇ ਅੱਗੋਂ ਫਾਇਰਿੰਗ ਕਰਦਣੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਸਾਡੀ ਪੁਲਿਸ ਨੇ ਵੀ ਫਾਇਰਿੰਗ ਕੀਤੀ ਉਹ ਫਾਇਰਿੰਗ ਦੌਰਾਨ ਕੁਝ ਬੰਦੇ ਭੱਜ ਗਏ ਇਹਨਾਂ ਦੇ ਦੋ ਬੰਦੇ ਇੱਕ ਚਰਨਜੀਤ ਸਿੰਘ ਰਾਜੂ son of ਹੀਰਾ ਸਿੰਘ ਵਾਸੀ ਸੰਘੇ ਇਹਨੂੰ ਰਾਜੂ ਸ਼ੂਟਰ ਕਰਕੇ ਇਹ ਜਾਣਿਆ ਜਾਂਦਾ ਇੱਥੇ ਹੋਰ ਵੀ ਪਰਚੇ ਦਰਜ ਆ ਨੰਬਰ 2 ਦੇ ਗੁਰਦੇਵ ਸਿੰਘ ਕੱਕਾ ਕਨਿਆਲਾ ਇੱਥੇ ਵੀ ਪਰਚੇ ਦਰਜ ਇਹਨਾਂ ਦੋਹਾਂ ਕੋਲੋਂ ਵਿਆਪਨ ਸਮੇਤ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਇਹ ਨਾ ਹੈਪੀ ਬਾਬਾਵਾ ਦੀਨਪੁਰ ਦਾ ਅਜੇ ਰਾਜਾ ਛੰਡੇਰ ਮਣੀ ਇਹ ਆਪਣੇ ਹਥਿਆਰਾਂ ਸਮੇਤ ਇੱਕ ਗੱਡੀ ਸਮੇਤ ਉਥੋਂ ਭਰਾਰ ਹੋ ਗਏ ਆ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਹੋ ਗਿਆ ਕਿੱਥੋਂ ਬ੍ਰਾਮਰ ਕੀਤਾ ਗਿਆ ਕਿੱਥੇ ਇਹਨਾਂ ਦੀ ਟੜੀ ਝੜ ਪਈ ਜਿਹੜੀ ਆ ਆਪਸ ਵਿੱਚ ਫਾਇਰਿੰਗ ਕੀਤੀ ਕਿੰਨੇ ਰੌਣ ਫਾਇਰਿੰਗ ਹੋਈ ਇਹ ਸੰਗੇ ਨਹਿਰ ਤੇ ਜੀ ਫਾਇਰਿੰਗ ਤੇ ਤੁਹਾਨੂੰ ਪਤਾ ਜੋ ਫਾਇਰਿੰਗ ਆਮੋ ਸਾਹਮਣੇ ਹੋ ਜੇ ਫਾਇਰਿੰਗ ਗਿਣੀ ਨਹੀਂ ਜਾਂਦੀ ਫਾਇਰਿੰਗ ਗਿਣਤੀ ਨਹੀਂ ਕੋਈ ਹੋਈ ਇਹਨਾਂ ਵੀ ਕਾਫੀ ਰੌਣ ਫਾਇਰ ਕੀਤੇ ਦੋ ਪਿਸਟਲਾਂ ਦੇ ਮੌਕੇ ਦੇ ਫਾਬ ਬ੍ਰੰਭ ਕੀਤੇ ਤਿੰਨ ਚਾਰ ਬੰਦੇ ਇਹਨਾਂ ਦੇ ਭੱਜ ਗਏ ਆ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਆਊ ਫਿਰ ਉਹ ਉਹ ਇਹਦੇ ਵੀ ਥਿਆਰ ਹੈਗੇ ਸੀ ਇਹਨਾਂ ਕੋ ਜਿੱਦਾਂ 1 47 ਜਾਂ ਵੱਡੇ ਕੋਈ ਥਿਆਰ ਵੀ ਹੈਗੇ ਸੀ ਇਹਨਾਂ ਕੋ ਨਹੀਂ ਨਹੀਂ ਫਿਲਹਾਲ ਨਹੀਂ ਕੋਈ ਜੇ ਇਨਵੈਸਟੀਗੇਸ਼ਨ ਚ ਕੋਈ ਹੋਰ ਅਸਲਾ ਆਊਗਾ ਤੇ ਉਹ ਵੀ ਮੁਲਾਜ਼ਮ ਕੋਈ ਇੰਜਰਡ ਵਗੈਰਾ ਤਾਂ ਨਹੀਂ ਹੋਇਆ ਨਹੀਂ ਇੰਜਰਡ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਨਾ ਉਧਰ ਹੋਇਆ ਨਾ ਉਧਰ ਹੋਇਆ ਤੇ ਫਿਰ ਜਿਹੜੀ ਉਹ ਆੜ ਦੀ ਨਹਿਰ ਦੇ ਉੱਤੇ ਸੀਗੇ ਉਹ ਨਹਿਰ ਤੇ ਜਾੜਦਾ ਕਰਕੇ ਥੋੜਾ ਜਿਹਾ ਦੋ ਤਿੰਨ ਬੰਦੇ ਸੋ ਬਿਲਕੁਲ ਵੱਡੀ ਖਬਰ ਜਿਹੜੀ ਹੈਗੀ ਐਸ ਟਾਈਮ ਤਰਨਤਰਨ ਤੋਂ ਸਾਹਮਣੇ ਆ ਰਹੀ ਆ ਦਿਨੋਂ ਦਿਨ ਪੁਲਸ ਮੁਕਾਬਲਿਆਂ ਦੀਆਂ ਖਬਰਾਂ ਸਾਹਮਣੇ ਨਿਕਲ ਕੇ ਆਉਣ ਲੱਗ ਪਈਆਂ ਦਿਨੋਂ ਦਿਨ ਇਹ ਵਧਦੀਆਂ ਜਾ ਰਹੀਆਂ ਸੋ ਹੁਣ ਤਰਨਤਾਰਨ ਦੇ ਸੰਘੇ ਨਹਿਰ ਤੇ ਇਹ ਪੁਲਿਸ ਦੀ ਪਾਰਟੀ ਦਾ ਇੱਕ ਸ਼ੂਟਰਾਂ ਦੇ ਨਾਲ ਮੁਕਾਬਲਾ ਜਿਹੜਾ ਹੈਗਾ ਉਹ ਹੋਇਆ ਦੋ ਸ਼ੂਟਰਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਜਿਹੜਾ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਿੰਨ ਤੋਂ ਚਾਰ ਜਿਹੜੇ ਇਹਨਾਂ ਦੇ ਸਾਥੀਆਂ ਦੀ ਗਿਣਤੀ ਦੱਸੀ ਜਾ ਰਹੀ ਹੈ ਜੋ ਆਪਣੇ ਹਥਿਆਰਾਂ ਸਮੇਤ ਇੱਕ ਗੱਡੀ ਤੇ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਇਦੂ ਇਲਾਵਾ ਪੁਲਿਸ ਨੇ ਚਰਨਜੀਤ ਸਿੰਘ ਰਾਜੂ ਪੁੱਤਰ ਹੀਰਾ ਸਿੰਘ ਆ ਉਰਫ ਸ਼ੂਟਰ ਜਿਹੜਾ ਇਹਨੂੰ ਦੱਸਿਆ ਦੱਸਿਆ ਜਾਂਦਾ ਉਹਨੂੰ ਵੀ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗੁਰਦੇਵ ਸਿੰਘ ਵਾਸੀ ਕੱਕਾ ਕੰਡਿਆਲਾ ਇਹਨਾਂ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਜਿਹੜਾ ਹੈਗਾ ਕੀਤਾ ਗਿਆ ਹੈ ਕਾਬੂ ਕੀਤਾ ਗਿਆ ਸੋ ਇਹ ਵੱਡੀ ਖਬਰ ਜਿਹੜੀ ਹੈਗੀ ਹੈ ਅੱਜ ਦੀ ਤਰਨਤਾਰਨ ਤੋਂ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਹਾਲਾਂਕਿ ਜਿਆਦਾ ਜਾਣਕਾਰੀ ਪੁਲਿਸ ਨੇ ਕਿਹਾ ਕਿ ਅਜੇ ਹਜੇ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਕਿੱਥੇ-ਕਿੱਥੇ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਉਹ ਵੀ ਅਸੀਂ ਪੁੱਛ ਰਹੇ ਹਾਂ ਤੇ ਅਗਲੇ ਪਾਸੇ ਕਿੱਥੇ ਇਹਨਾਂ ਦਾ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਇਹਨਾਂ ਨੇ ਵਾਰਦਾਤ ਕਰਨੀ ਸੀ ਉਹ ਸਾਰਾ ਕੁਝ ਅਸੀਂ ਪੁੱਛ ਰਹੇ ਹਾਂ ਇਹ ਜੀ ਸਵੇਰੇ ਸਾਨੂੰ ਇਨਫੋਰਮੇਸ਼ਨ ਸੀ ਕਿ ਕੋਈ ਬੰਦੇ ਜਿਹੜੇ ਉਹ ਅਸਲਾ ਮੈਨੂੰ ਇੱਥੇ ਲੈ ਕੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਕਿਹੜੀ ਇਨਫੋਰਮੇਸ਼ਨ ਤੇ ਸਾਡੇ ਐਸੀ ਬਲਰਾਜ ਸਿੰਘ ਪਲੀ ਪਾਰਟੀ ਉੱਥੇ ਮੌਕੇ ਤੇ ਪੁੱਜੀ ਤਰਹੀਂ ਪ੍ਰਚਾਰ ਦਰਜ ਕੀਤਾ ਉਹ ਜਦੋਂ ਉਥੇ ਪੀਸ ਪਾਰਟੀ ਪਹੁੰਚੀ ਇਹਨਾਂ ਨੇ ਅੱਗੋਂ ਫੈਰਿੰਗ ਕਰਨ ਨੂੰ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਸਾਡੀ ਪੁਲਿਸ ਨੇ ਵੀ ਫੈਰਿੰਗ ਕੀਤੀ ਉਹ ਫੈਰਿੰਗ ਦੌਰਾਨ ਕੁਝ ਬੰਦੇ ਭੱਜ ਗਏ ਇਹਨਾਂ ਦੇ ਦੋ ਬੰਦੇ ਇੱਕ ਚਰਨਜੀਤ ਸਿੰਘ ਰਾਜੂ son of ਹੀਰਾ ਸਿੰਘ ਉਹ ਆਸੀ ਸੰਗੇ ਇਹਨੂੰ ਰਾਜੂ ਸ਼ੂਟਰ ਕਰਕੇ ਇਹ ਜਾਣਿਆ ਜਾਂਦਾ ਇੱਥੇ ਹੋਰ ਵੀ ਪਰਚੇ ਦਰਜ ਆ ਨੰਬਰ 2 ਦੇ ਗਰਦੇਸ਼ ਸਿੰਘ ਕਾਕਾ ਕਨਿਆਲਾ ਇੱਥੇ ਵੀ ਪਰਚੇ ਦਰਜੇ ਇਹਨਾਂ ਦੋਹਾਂ ਕੋਲੋਂ ਵਿਆਪਨ ਸਮੇਤ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਇਹ ਨਾ ਹੈਪੀ ਬਾਬਾ ਵਾ ਦੀਨਪੁਰ ਦਾ ਅਜੇ ਰਾਜਾ ਛੰਡੇਰ ਮਣੀ ਇਹ ਆਪਣੇ ਹਥਿਆਰਾਂ ਸਮੇਤ ਇੱਕ ਗੱਡੀ ਸਮੇਤ ਉਥੋਂ ਭਰਾਰ ਹੋ ਗਏ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਹੋਵੇ ਕਿੱਥੋਂ ਬ੍ਰਾਮਰ ਕੀਤਾ ਗਿਆ ਕਿੱਥੇ ਇਹਨਾਂ ਦੀ ਟੜੀ ਘੜਪੂਈ ਜਿਹੜੀ ਆ ਆਪਸ ਵਿੱਚ ਫਾਇਰਿੰਗ ਕੀਤੀ ਕਿੰਨੇ ਰਾਊਂ ਫਾਇਰਿੰਗ ਹੋਈ ਇਹ ਸੰਗੇ ਨਹਿਰ ਤੇ ਜੀ ਫਾਇਰਿੰਗ ਦੇ ਤੁਹਾਨੂੰ ਪਤਾ ਜੋ ਫਾਇਰਿੰਗ ਆਮੋ ਸਾਹਮਣੇ ਹੋ ਜੇ ਫਾਇਰਿੰ ਇਹਨਾਂ ਗਿਣਤੀ ਨਹੀਂ ਕੋਈ ਹੋਈ ਇਹਨਾਂ ਵੀ ਕਾਫੀ ਤੋੜ ਫੈਰ ਕੀਤੇ ਦੋ ਪਿਸਤਲ ਇਹਨਾਂ ਨੂੰ ਮੌਕੇ ਦੇ ਫਾਬ ਪ੍ਰਭੰਦ ਕੀਤੇ ਤਿੰਨ ਚਾਰ ਬੰਦੇ ਇਹਨਾਂ ਦੇ ਭੱਜ ਗਏ ਆ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਆਊ ਫਿਰ ਉਹ ਕੋਈ ਇਹਦੇ ਵੀ ਥਿਆਰ ਹੈਗੇ ਜਿੰਨਾ ਕੋਈ ਜਿੱਦਾ 2147 ਜਾਂ ਵੱਡੇ ਕੋਈ ਥਿਆਰ ਵੀ ਹੈਗੇ ਸੀ ਇਹਨਾਂ ਕੋ ਨਹੀਂ ਨਹੀਂ ਫਿਲਹਾਲ ਨਹੀਂ ਕੋਈ ਜੇ ਇਨਵੈਸਟੀਗੇਸ਼ਨ ਚ ਕੋਈ ਹੋਰ ਅਸਲਾ ਆਊਗਾ ਜੋ ਵੀ ਕੋਈ ਮੁਲਾਜ਼ਮ ਕੋਈ ਇੰਜਰਡ ਵਗੈਰਾ ਤਾਂ ਨਹੀਂ ਹੋਇਆ ਨਹੀਂ ਇੰਜਰਡ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਨਾ ਉਧਰ ਹੋਇਆ ਨਾ ਉਧਰ ਹੋਇਆ ਤੇ ਫਿਰ ਜਿਹੜੀ ਉਹ ਆੜ ਦੀ ਨਹਿਰ ਦੇ ਉੱਤੇ ਸੀਗੇ ਉਹ ਨੇਤੇ ਜਾੜਦਾ ਕਰਕੇ ਥੋੜਾ ਜਿਹਾ ਦੋ ਤਿੰਨ ਬੰਦੇ ਭੱਜ ਗਏ